ਠੀਕ ਹੈ, ਪਰ ਲੋਕਾਂ ਨਾਲ ਤੁਸੀਂ ਇਹ ਚੀਜ਼ਾਂ ਦੱਸ ਰਹੇ ਹੋ ਵੀ ਜਿਹੜੇ ਲੋਕ ਸੋਚਦੇ ਹੋ ਵੀ ਟੀਕਾ ਨਾ ਲਵਾਓ, ਇਹ ਹੋ ਜਾਊਗਾ, ਫਲਾਣਾ ਜਾਊਗਾ ਜੀ, ਆਪਣੇ ਤੱਕ ਰੱਖੋ ਗਿਆਨ। ਹਾਂਜੀ, ਅੱਜ ਕੀ ਹਾਲ ਚਾਲ ਹੈ ਤੁਹਾਡਾ? ਰੂਬਲ ਜੱਟ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਹੋਰ ਸੁਣਾਓ, ਕੀ ਹਾਲ ਚਾਲ ਹੈ ਸਾਰਿਆਂ ਦਾ? ਵਧੀਆ ਹੈ ਜੀ, ਵਧੀਆ ਰਹੋ, ਠੀਕ ਹੈ ਜੀ। ਤੁਹਾਨੂੰ ਪਤਾ ਅੱਜ ਕੱਲ੍ਹ ਮਾਹੌਲ ਐਸਾ ਚੱਲਦਾ ਹੈ ਕਰੋਨਾ ਦੇ ਕਰਕੇ, ਵੀ ਘਰ ਦੇ ਵਿੱਚ ਰਹੋ, ਸੇਫ ਰਹੋ, ਵਧੀਆ ਰਹੋ, ਠੀਕ ਹੈ। ਔਰ ਬਾਕੀ ਸੈਚਰਡੇ ਸੰਡੇ ਦਾ ਤੁਹਾਨੂੰ ਪਤਾ ਲੋਕਡਾਊਨ ਹੁੰਦਾ ਹੈ, ਔਰ ਇਸ ਕਰਕੇ ਆਪਾਂ ਵੈਸੇ ਹੀ ਅੱਜ ਆਪਾਂ ਚਲੋ ਸ਼ੇਕ ਸ਼ੂਕ ਬਣਾ ਰਹੇ ਤੇ, ਫਿਰ ਮੈਂ ਕਿਹਾ ਚਲੋ ਦੋ ਚਾਰ ਤੁਹਾਡੇ ਨਾਲ ਗੱਲਾਂ ਕਰ ਲੈਂਦੇ ਹਾਂ ਅੱਜ, ਠੀਕ ਹੈ। ਔਰ ਆਉਣ ਵਾਲੇ ਆਪਾਂ ਸ਼ੇਕ ਬਣਾਉਂਦੇ, ਨਾਲ ਦੇ ਨਾਲ ਤੁਹਾਡਾ ਦੋ ਚਾਰ ਗੱਲਾਂ ਕਰਦੇ ਹੈ। ਔਰ ਆਪਾਂ ਬਣਾ ਰਹੇ ਜੀ ਅੱਜ ਮੈਂਗੋ ਸ਼ੇਕ, ਠੀਕ ਹੈ ਜੀ। ਮੈਂ ਕਿਹਾ ਚਲੋ ਨਾਲੇ ਸ਼ੇਕ ਬਣਾਉਂਦੇ ਹੋ, ਨਾਲੇ ਤੁਹਾਨੂੰ ਦੋ ਚਾਰ ਗੱਲਾਂ ਕਰ ਲੈਂਦੇ, ਨਾਲੇ ਆਪਾਂ ਸ਼ੇਕ ਬਣਾ ਲੈਂਦੇ ਹਾਂ, ਠੀਕ ਹੈ। ਆ ਜਾਓ ਜਿਹਨੇ ਨੇ ਸ਼ੇਕ ਪੀਣਾ ਭਾਈ, ਪੀ ਸਕਦੇ ਹੋ, ਆਓ, ਠੀਕ ਹੈ। ਔਰ ਤੁਹਾਨੂੰ ਪਤਾ ਅੱਜ ਕੱਲ੍ਹ ਮਾਹੌਲ ਕਿੱਦਾਂ ਚੱਲਦਾ ਹੈ, ਠੀਕ ਹੈ ਜੀ। ਲੋਕਡਾਊਨ ਦੇ ਚੱਕਰਾਂ 'ਚ ਹੁਣ ਬਾਹਰ ਦਾ ਕੁਝ ਪੀ ਨਹੀਂ ਸਕਦੇ, ਨਾ ਕੁਝ ਖਾ ਸਕਦੇ ਆਪਾਂ, ਹੈ ਨਾ। ਇਸ ਕਰਕੇ ਚਲੋ ਹੁਣ ਘਰੇ ਬਣਾ ਲਓ, ਜੋ ਬਣਾਉਣਾ ਮਾੜਾ ਮੋਟਾ ਆਪਣਾ ਪੀਣ ਨੂੰ ਮਨ ਕਰਦਾ ਘਰੇ ਪੀ ਸਕਦੇ ਆਪਾਂ, ਠੀਕ ਹੈ ਜੀ। ਹਾਂ, ਇਸ ਕਰਕੇ ਹੁਣ ਤੁਹਾਨੂੰ ਪਤਾ ਹੈ ਹੁਣ ਲੋਕਡਾਊਨ ਦੇ ਵਿੱਚ ਆ ਗਿਆ ਸੈਚਰਡੇ ਸੰਡੇ ਦਾ ਜੀ, ਠੀਕ ਹੈ ਜੀ। ਅੱਗੇ ਵੀ ਵੈਸੇ ਵੀ 5 ਵਜੇ ਦੁਕਾਨਾਂ ਜਦੋਂ ਆਫ ਹੋ ਜਾਂਦੀਆਂ ਆਪਣੀਆਂ, ਸੈਚਰਡੇ ਸੰਡੇ ਵੈਸੇ ਵੀ ਇਹਨਾਂ ਦਾ ਇੱਦਾਂ ਹੀ ਰਹਿੰਦਾ, ਠੀਕ ਹੈ ਜੀ। ਤਾਂ ਇਸ ਕਰਕੇ ਤੁਹਾਨੂੰ ਪਤਾ ਮੇਨ ਮਕਸਦ ਗੱਲ ਕਰਨਾ ਆਹ ਹੈ ਜੀ ਵੀ ਸਰਕਾਰਾਂ ਦੇ ਕੰਨਾਂ ਦੇ ਵਿੱਚ ਜੂਆਂ ਨਹੀਂ ਰਲਕ ਰਹੀਆਂ। ਕਿਉਂ? ਕਿਉਂਕਿ ਸਰਕਾਰਾਂ ਨੂੰ ਕੋਈ ਫਿਕਰ ਨਹੀਂ ਹੈ ਗਰੀਬ ਜਨਤਾ ਕੀ ਕਰੇਗੀ, ਕੀ ਖਾਏਗੀ, ਕੀ ਨਹੀਂ ਕਰੇਗੀ, ਹੈ ਨਾ। ਉਹਨਾਂ ਨੇ ਇੱਕ ਬਿਮਾਰੀ ਚਲਾਈ ਪਈ ਹੈ ਆਪਣੀ, ਕਰੋਨਾ। ਹੁਣ ਤੁਸੀਂ ਅੱਜ ਮੈਂ ਨਿਊਜ਼ ਦੇਖੀ ਸੀ, ਕਹਿੰਦੇ ਵੀ ਇੱਕ ਆਪਣੇ ਜਿਹੜੇ ਲੱਗਦੇ ਹੈ, ਠੀਕ ਹੈ ਜੀ, ਇੰਜੈਕਸ਼ਨ ਲੱਗਦੇ ਹੈ, ਠੀਕ ਹੈ। ਇੰਜੈਕਸ਼ਨ ਅੱਜ ਲੋਕ ਕਹਿੰਦੇ ਲਵਾਉਣੀ ਚਾਹੀਦੀ ਹੈ ਵੀ ਗਲਤ ਨਹੀਂ ਹੈ, ਠੀਕ ਹੈ। ਕੋਈ ਲੋਕ ਕਹਿੰਦੇ ਵੀ ਗਲਤ ਹੈ। ਔਰ ਇਸ ਕਰਕੇ ਮੈਂ ਕਹਿੰਦਾ ਵੀ ਚਲੋ ਠੀਕ ਹੈ, ਆਪਾਂ ਉਰੇ ਬੈਠੇ ਹਾਂ, ਆਪਾਂ ਕਰੋਨਾ ਦੇ ਮਾਰੋ ਮਾਰੀ ਤੇ ਡਰ ਰਹੇ ਹਾਂ। ਹੁਣ ਕਿਸਾਨ ਦੇਖੋ ਆਪਣੇ ਘਰਾਂ ਤੇ ਕਿੰਨੀ ਦੂਰ ਬੈਠਾ ਹੈ, ਉਹ ਜੰਗਲਾਂ 'ਚ ਬੈਠੇ ਆ ਉੱਥੇ ਇੱਕ ਤਰ੍ਹਾਂ ਦੇ, ਠੀਕ ਹੈ ਜੀ। ਨਾ ਉੱਥੇ ਕੋਈ ਉਹਨਾਂ ਨੂੰ ਸੰਭਵ ਹੈ ਕਿ ਮੱਛਰਾਂ ਹੈ, ਸਭ ਕੁਛ ਹੈ, ਰੋਡ ਪਈ ਪੈਣਾ, ਸਭ ਕੁਛ ਹੈ, ਉੱਥੇ ਕਰੋਨਾ ਕਿਉਂ ਨਹੀਂ ਆਇਆ ਵੀ ਜੋ ਆਪਣੇ ਕਰੋਨਾ ਆ ਜਾਏਗਾ ਇੱਥੇ, ਹੈ ਨਾ। ਤਾਂ ਹੁਣ ਸਰਕਾਰ ਕਹਿੰਦੀ ਹੈ ਜੀ ਟੀਕੇ ਲਵਾ ਲਓ, ਟੀਕੇ ਲਵਾਉਣ ਦੇ ਬਾਅਦ ਮੈਂ ਦੇਖਣਾ ਚਾਹੁੰਦਾ ਵੀ ਟੀਕੇ ਦੇ ਬਾਅਦ ਸਰਕਾਰ ਜ਼ਿੰਮੇਵਾਰੀ ਚੱਕਦੀ ਹੈ ਵੀ ਬੰਦੇ ਨੂੰ ਕਰੋਨਾ ਨਹੀਂ ਹੋਊਗਾ, ਜਾਂ ਤਾਂ ਚੱਕਦੀ ਹੋਵੇ ਵੀ ਹਾਂਜੀ ਕਰੋਨਾ ਨਹੀਂ ਹੋਊਗਾ, ਫਿਰ ਤਾਂ ਆਪਾਂ ਦੇਖੋ ਲਵਾ ਸਕਦੇ ਹਾਂ, ਠੀਕ ਹੈ। ਪਰ ਸਰਕਾਰ ਕੀ ਕਹਿੰਦੀ ਹੈ ਵੀ ਟੀਕਾ ਲਵਾਉਣ ਦੇ ਬਾਅਦ ਵੀ ਕੋਈ ਚਾਂਸ ਨਹੀਂ ਹੈ ਵੀ ਤੁਹਾਨੂੰ ਕਰੋਨਾ ਨਹੀਂ ਹੋ ਸਕਦਾ, ਠੀਕ ਹੈ। ਔਰ ਇਸ ਕਰਕੇ ਇਹ ਵਹਿਮਾਂ ਦੇ ਵਿੱਚ ਨਾ ਪਓ, ਠੀਕ ਹੈ। ਹੁਣ ਲੋਕ ਕਹਿ ਰਹੇ ਹੈ ਵੀ ਨਹੀਂ ਜੀ ਕਰੋਨਾ ਅਸੀਂ ਟੀਕੇ ਲਵਾ ਲਏ ਹਾਂ, ਲਵਾਉਣੇ ਚਾਹੀਦੇ ਹੈ ਜੀ, ਆਹ ਕਰਨਾ ਚਾਹੀਦਾ ਹੈ, ਤੁਸੀਂ ਫਿਰ ਉਹੀ ਮਤਲਬ ਸਰਕਾਰਾਂ ਦੇ ਮਗਰ ਭੱਜਣ ਲੱਗ ਗਏ। ਤੁਸੀਂ ਉਹ ਦੇਖੋ ਜਿਹੜੇ ਆਪਣੇ ਕਿਸਾਨ ਬੈਠੇ ਹੈ ਭਰਾ, ਉਹ ਇੰਨੀ ਦੇਰ ਦੇ ਬੈਠੇ ਹੈ ਬਾਹਰ, ਕਿਹਨਾਂ ਪਿੱਛੇ ਬੈਠੇ ਹੋ? ਆਪਣੇ ਪਿੱਛੇ ਬੈਠੇ ਨਾ, ਠੀਕ ਹੈ। ਇਕੱਲੇ ਉਹਨਾਂ ਦਾ ਨਹੀਂ ਹੈ ਇਹ, ਅਗਰ ਸੋਚੋ ਇਕੱਲੇ ਉਹਨਾਂ ਦੀ ਲੜਾਈ ਹੈ ਤਾਂ ਵੀ ਹਾਂ ਉਹ ਲੜ ਰਹੇ, ਆਪਾਂ ਨੂੰ ਕੋਈ ਮਤਲਬ ਨਹੀਂ ਹੈ, ਆਪਾਂ ਸੋਚਦੇ ਵੀ ਯਾਰ ਸਰਕਾਰ ਨੇ ਅੱਜ ਕਹਿਤੇ, ਫਿਰ ਤਾਂ ਆਪਾਂ ਉਹੀ ਸਰਕਾਰਾਂ ਦੇ ਮਗਰ ਲੱਗਣ ਲੱਗ ਗਏ। ਤਾਂ ਜਾਗਣੇ ਦੀ ਜ਼ਰੂਰਤ ਹੈ, ਠੀਕ ਹੈ ਜੀ, ਜਾਗੋ, ਠੀਕ ਹੈ, ਕਿਉਂਕਿ ਜਾਗਣਾ ਬਹੁਤ ਜ਼ਰੂਰੀ ਹੈ। ਪਹਿਲਾਂ ਵੀ ਹੁਣ ਤੁਹਾਨੂੰ ਪਤਾ ਹੀ ਹੈ ਜੀ, ਦੇਖ ਲਓ ਸਰਕਾਰਾਂ ਤਾਂ ਕਹਿ ਦਿੰਦੀ ਹੈ ਵੀ ਜਾਗੋ, ਕਿੱਦਾਂ ਜਾਗੀ ਹੁਣ ਸਰਕਾਰਾਂ ਨਾਲ ਕੁਛ ਹੋ ਜੂਗਾ? ਹੁਣ ਅੱਜ ਮੇਰੀ ਗੱਲ ਸੁਣੋ, ਕਿਸਾਨ ਕਹਿ ਦਿੰਦੇ ਹੈ ਵੀ ਬਾਹਰ ਬੈਠੇ ਹੈ, ਠੀਕ ਹੈ, ਸਭ ਕੁਛ ਹੈ, ਮੇਨ ਮਰ ਕੌਣ ਰਿਹਾ ਜੀ? ਅਮੀਰ ਲੋਕ ਮਰ ਰਹੇ, ਅਬਾਨੀ ਵਰਗੇ ਲੋਕ ਮਰ ਰਹੇ, ਕੋਈ ਨਹੀਂ ਮਰ ਰਿਹਾ, ਠੀਕ ਹੈ ਜੀ। ਮੇਨ ਮੁਸ਼ਕਿਲ ਕਿਹਨਾਂ ਨੂੰ ਹੋ ਰਹੀ ਹੈ? ਆਪਣੇ ਵਰਗੇ ਨੂੰ, ਠੀਕ ਹੈ ਜੀ। ਹੁਣ ਮਿਡਲ ਲੋਕ ਹੈ ਜਿਹੜੇ ਹੈਗੇ ਜੀ, ਉਹ ਵਿਚਾਰਿਆਂ ਦੀ ਜਿਹਨੂੰ ਪਤਾ ਡੇਲੀ, ਚਲੋ ਨਾਲ ਦੇ ਨਾਲ ਆਪਾਂ ਗੱਲ ਵੀ ਕਰ ਰਹੇ ਹਾਂ ਭਾਅ ਜੀ। ਆਹਾ ਦੇਖੋ ਸਾਰੀਆਂ ਆਪਣਾ ਹੋ ਗਿਆ, ਠੀਕ ਹੈ, ਮੈਂਗੋ ਕੱਟਤੇ ਆਪਾਂ ਨੇ, ਹੁਣ ਆਪਾਂ ਨੇ ਪਾਣੀ ਦੇਣਾ ਸ਼ੂਗਰ, ਠੀਕ ਹੈ। ਲਓ ਜੀ ਸ਼ੂਗਰ ਵੀ ਪਾ ਦਿੰਦੇ ਹਾਂ ਆਪਾਂ, ਠੀਕ ਹੈ। ਇਹ ਪਏਗੀ ਜੀ ਸ਼ੂਗਰ, ਬਹੁਤ ਚਲੋ ਸਾਰੀ ਪਾ ਲੈਂਦੇ, ਵੈਸੇ ਵੀ ਆਪਾਂ ਮਿੱਠਾ ਥੋੜ੍ਹਾ ਅੱਛਾ ਲੱਗਦਾ। ਹਾਂ, ਹੁਣ ਆਪਾਂ ਕੀ ਗੱਲ ਕਰਦੇ ਪਏ ਤੇ ਜੀ, ਚਲੋ ਦੇਖ ਸਕਦੇ ਹੈ ਉਹ ਗੱਲਾਂ ਗੱਲਾਂ ਦੇ ਵਿੱਚ ਆਪਾਂ ਨੇ ਲੱਗਦਾ ਜਾਰ ਛੋਟਾ ਲੈ ਲਿਆ। ਆਪਾਂ ਫਿਰ ਦੂਜੀ ਤਰ੍ਹਾਂ ਇਹਨੂੰ ਕਰਦੇ ਹਾਂ ਗ੍ਰੈਂਡ ਥੋੜ੍ਹਾ ਜਿਹਾ। ਅੰਬ ਵੀ ਅੱਜ ਕੱਲ੍ਹ ਮੋਦੀ ਵਰਗੇ ਹੋਏ ਪਏ ਆ, ਕਹਿ ਸਕਦੇ ਹੈ। ਪਾਓ ਸਾਰਾ ਕੁਛ, ਹੁਣ ਆਪਾਂ ਇਹਦੇ ਚ ਕਰਦੇ ਹਾਂ ਸ਼ੇਕ ਨੂੰ, ਕਿਉਂਕਿ ਉਹ ਠੀਕ ਹੈ। ਉਹ ਚ ਦੁੱਧ ਪਾ ਲਓ ਇਹਦੇ ਵਿੱਚ, ਮੈਂ ਪਾਉਂਦਾ ਇੱਕ
ਇਹਨੂੰ ਥੋੜ੍ਹਾ ਜਿਹਾ ਗ੍ਰੈਂਡ ਕਰ ਦਿੰਦੇ। ਹੁਣ ਗੱਲ ਚੱਲਦੀ ਪਈ ਸੀ ਆਪਣੀ ਉਹਨਾਂ ਵੱਲ ਹੈ ਨਾ ਮੇਨ। ਹੁਣ ਸਰਕਾਰਾਂ ਨੇ ਵਹਿਮ ਪਾ ਤਾ ਜੀ ਵੀ ਜਿਹੜਾ ਬੰਦਾ ਟੀਕਾ ਨਹੀਂ ਲਵਾਉਂਦਾ ਠੀਕ ਹੈ ਜੀ ਉਹਨੂੰ ਥੋੜ੍ਹੇ ਅੱਗੇ ਟਰੈਵਲਿੰਗ ਕਰਨ ਦੀ ਦਿੱਕਤ ਆਏਗੀ। ਹੁਣ ਦੇਖਿਓ ਤੁਸੀਂ ਹੁਣ ਆਪਾਂ ਉਹਦੇ 'ਚ ਬਣਾਵਾਂਗੇ ਬਣ ਗਿਆ ਮੈਂਗੋ ਸ਼ੇਕ। ਹੁਣ ਆਪਾਂ ਇਹਨੂੰ ਪਾਉਂਦੇ ਹਾਂ ਵਾਹ 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 ਦੇਖੋ ਜੀ ਮੈਂਗੋ ਸ਼ੇਕ ਲਓ ਜੀ ਸਾਡਾ ਬਣ ਗਿਆ ਮੈਂਗੋ ਸ਼ੇਕ। ਹੁਣ ਤੁਸੀਂ ਤੁਹਾਨੂੰ ਆਪਾਂ ਗੱਲ ਚੱਲਦੀ ਪਈ ਸੀ ਆਪਣੀ ਮਿਡਲ ਕਲਾਸ ਦੀ ਹੈ ਨਾ ਜੀ ਆਪਣੀ ਮਿਡਲ ਕਲਾਸ ਦੀ ਗੱਲ ਚੱਲਦੀ ਪਈ ਸੀ। ਹੁਣ ਤੁਹਾਨੂੰ ਪਤਾ ਜਿਹੜੇ ਮਿਡਲ ਲੋਕ ਹੈ ਆਪਣੇ ਵਰਗੇ ਹੈ ਨਾ ਉਹਨਾਂ ਦਾ ਤਾਂ ਇਸ ਟਾਈਮ ਤੁਸੀਂ ਕਹਿ ਸਕਦੇ ਹੋ ਬਾਹਲਾ ਬੁਰਾ ਹਾਲ ਹੈ ਠੀਕ ਹੈ। ਦੇਖੋ ਜਿਹੜੇ ਜੋਬ ਲੱਗੇ ਹੋਏ ਆ ਸਰਕਾਰੀ ਵਾਲੇ ਉਹਨਾਂ ਨੂੰ ਤਾਂ ਆਪਣਾ ਕੁਛ ਨਾ ਕੁਛ ਮਿਲੀ ਜਾਂਦਾ ਪੈਸਾ ਮਿਲੀ ਜਾਂਦਾ ਜੋ ਵੀ ਹੈ ਨਾ। ਹੁਣ ਜਿਹੜੇ ਬੰਦੇ ਦੀ ਸ਼ੋਪ ਹੈ ਚਲੋ ਉਹਨਾਂ ਦਾ ਹਾਲ ਬਹੁਤ ਬੁਰਾ ਹੈ ਜਿਹਨਾਂ ਡੇਲੀ ਇਨਕਮ ਹੈ। ਹੁਣ ਰਹਿ ਗਏ ਆਪਣੇ ਵਰਗੇ ਮਿਡਲ ਬੰਦੇ। ਹੁਣ ਬੰਦੇ ਦੇਖੋ ਤੁਹਾਨੂੰ ਪਤਾ ਹੁਣ ਐਜ ਏ ਮਾਹੌਲ ਦੇ ਵਿੱਚ ਬੰਦਾ ਘਰ ਚਲਾਉਣਾ ਬਹੁਤ ਔਖਾ ਹੈ ਠੀਕ ਹੈ। ਹੋਰ ਇੱਕ ਤਾਂ ਐਂ ਹੁੰਦਾ ਵੀ ਦੇਖੋ 5 ਵਜੇ ਆਪਣੀ ਸ਼ੋਪਾਂ ਸਾਰੀਆਂ ਬੰਦ ਹੁੰਦੀਆਂ ਅਗਰ ਤੁਸੀਂ ਕਿਤੇ ਜੋਬ ਕਰਦੇ ਹੋ ਕੁਛ ਕਰਦੇ ਹੋ ਤਾਂ ਓਬੀਅਸਲੀ ਗੱਲ ਹੈ ਤੁਹਾਨੂੰ ਛੁੱਟੀ ਤਾਂ ਹੈ ਨਹੀਂ 5 ਵਜੇ ਤੋਂ ਬਾਅਦ ਮਿਲੇਗੀ। ਜਦ ਤੁਸੀਂ ਘਰ ਆਓਗੇ ਤਾਂ ਤੁਸੀਂ ਕੀ ਸਮਾਨ ਲੈ ਕੇ ਆਓਗੇ ਜਾਂ ਕਿਆ ਲੈ ਕੇ ਆ ਸਕਦੇ ਕਿਆ ਨਹੀਂ ਲੈ ਕੇ ਆ ਸਕਦੇ ਠੀਕ ਹੈ ਜੀ। ਹੋਰ ਇਸ ਕਰਕੇ ਸਰਕਾਰਾਂ ਦੇ ਮਗਰ ਭੱਜਣਾ ਛੱਡ ਦਿਓ ਠੀਕ ਹੈ ਜੀ। ਕੋਈ ਫਾਇਦਾ ਨਹੀਂ ਸਰਕਾਰਾਂ ਦੇ ਮਗਰ ਭੱਜ ਕੇ ਇਹਦੇ ਨਾਲ ਆਪਣਾ ਤੁਸੀਂ ਕਿਸਾਨਾਂ ਦੇ ਨਾਲ ਰਹੋ ਵਧੀਆ ਰਹੋ ਠੀਕ ਹੈ। ਆਪਣੇ ਏਕੇ ਨੂੰ ਨਾ ਤੋੜੋ ਕੋਈ ਫਾਇਦਾ ਨਹੀਂ ਹੈ। ਕੋਈ ਇੰਜੈਕਸ਼ਨ ਲਵਾਉਣ ਦਾ ਕੋਈ ਫਾਇਦਾ ਨਹੀਂ ਕੁਛ ਨਹੀਂ ਹੁੰਦਾ ਕਿਉਂਕਿ ਹੋਊਂਗਾ ਤਾਂ ਜੇ ਕਰੋਨਾ ਕੁਛ ਹੋਊਂਗਾ ਠੀਕ ਹੈ। ਕੋਈ ਕਰੋਨਾ ਨਹੀਂ ਹੈ ਕੋਈ ਕੁਛ ਨਹੀਂ ਹੈ ਠੀਕ ਹੈ। ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਓ ਆਪਣਾ ਕਿਸਾਨਾਂ ਦੇ ਨਾਲ ਠੀਕ ਹੈ ਜੀ। ਜਿੰਨੇ ਤੁਸੀਂ ਆਪਣੇ ਰੌਲਾ ਪਾਇਆ ਪਿਆ ਠੀਕ ਹੈ ਜੀ ਸਾਰਿਆਂ ਨੇ ਪਾਇਆ ਪਿਆ ਜੀ ਟੀਕੇ ਨਹੀਂ ਲਵਾਉਂਗੇ ਆਪਾਂ ਇਹੋ ਜਿਹੇ ਜੀ ਟੀਕੇ ਸੇਫ ਹੈ ਫਲਾਣਾ ਹੈ ਢਿਮਕਾ ਹੈ ਠੀਕ ਹੈ ਜੀ। ਤੁਸੀਂ ਉਹਨਾਂ ਦੀ ਇੱਕ ਚੀਜ਼ ਲੈ ਲਓ ਨਾ ਰਿਟਰਨ 'ਚ ਲੈ ਕੇ ਦੇਖੋ ਕੋਈ ਤੁਹਾਨੂੰ ਡਾਕਟਰ ਦਿੰਦਾ ਅਗਰ ਵੀ ਹਾਂ ਵੀ ਤੁਸੀਂ ਟੀਕੇ ਲਵਾ ਲਓ ਤੁਹਾਨੂੰ ਉਸ ਤੋਂ ਬਾਅਦ ਕਰੋਨਾ ਨਹੀਂ ਹੋਊਗਾ ਜਾਂ ਕੁਛ ਨਹੀਂ ਹੋਊਗਾ ਫਿਰ ਤਾਂ ਆਪਾਂ ਵੀ ਕਰ ਸਕਦੇ ਹਾਂ। ਤੁਸੀਂ ਆਹ ਦੇਖੋ ਜਿਹੜੇ ਬੰਦਿਆਂ ਦੇ ਆਪਣੇ ਮਰ ਜਾਂਦੇ ਵਿਚਾਰੇ ਕੁਛ ਇੱਦਾਂ ਹੁੰਦੇ ਉਹਨਾਂ ਨੂੰ ਡੈੱਡ ਬੋਡੀਆਂ ਤੱਕ ਤਾਂ ਦੇ ਨਹੀਂ ਰਹੇ ਹੋਸਪਿਟਲ ਦੇ ਵਿੱਚ ਨਾ ਲਾਸਟ ਮੂੰਹ ਦਿਖਾਉਣ ਤੱਕ ਤਾਂ ਗੱਲ ਨਹੀਂ ਕਰਦੇ ਤਾਂ ਤੁਹਾਨੂੰ ਕਰੋਨਾ ਦੀ ਦਵਾਈਆਂ ਦੇ ਕਿਹੜੀ ਗਰੰਟੀਆਂ ਦੇ ਦੂੰਗੇ ਜੀ ਠੀਕ ਹੈ ਜੀ। ਹੋਰ ਇਸ ਕਰਕੇ ਕੋਈ ਉਹ ਨਹੀਂ ਹੈ ਜੀ ਆਪਣਾ ਘਰੇ ਰਹੋ ਸੇਫ ਰਹੋ ਵਧੀਆ ਰਹੋ ਉਹ ਤਾਂ ਵਧੀਆ ਹੈ ਠੀਕ ਹੈ ਜੀ। ਔਰ ਇਸ ਚੀਜ਼ਾਂ ਦਾ ਕੋਈ ਉਹ ਨਹੀਂ ਰੱਖਿਆ ਜੀ ਕੋਈ ਟੀਕੇ ਲਵਾਓ ਜੀ ਅਸੀਂ ਹਰੇਕ ਦੱਸ ਦਿੰਦਾ ਜੀ ਮੈਂ ਆਪਣਾ ਵਿਊ ਦਿੰਦਾ ਜੀ ਮੈਂ ਅੱਜ ਟੀਕਾ ਲਵਾ ਕੇ ਯੂਟਿਊਬ 'ਤੇ ਪਾ ਦਿੰਦਾ ਜੀ ਤੁਸੀਂ ਵੀ ਲਵਾ ਕੇ ਆਓ ਮੈਨੂੰ ਦੇਖੋ ਦੇਖੀ ਮੈਂ 4 ਬੰਦੇ ਹੋਰ ਆ ਜੂੰਗੇ ਯਾਰ ਆ ਕਰ ਲੂੰਗੇ ਨਾ। ਉਹਨੂੰ ਇੱਕ ਗੱਲ ਪੁੱਛੇ ਜੀ ਇੰਨੇ ਹੀ ਹੈ ਤੂੰ 4 ਬੰਦੇ ਦੇ ਲੈ ਕੇ ਸਿਰਫ ਟੀਕੇ ਲਵਾਉਣ ਲੈ ਕੇ ਜਾ ਸਕਦਾ ਤਾਂ ਤੁਸੀਂ ਕੰਮ ਇਹ ਕਰ ਲਓ ਨਾ 4 ਬੰਦੇ ਨੂੰ ਦੇਖੋ ਦੇਖੀ ਮੈਂ ਜਾ ਕੇ ਤੁਸੀਂ ਉਹਨਾਂ ਨਾਲ ਖੜੋ ਆਪਣੇ ਕਿਸਾਨਾਂ ਨਾਲ ਉੱਥੇ ਤੁਹਾਡੇ ਤਾਂ ਕੋਈ ਨਹੀਂ ਜਾ ਹੋ ਰਿਹਾ 4 ਬੰਦਿਆਂ 'ਤੇ। ਹੋਸਪਿਟਲਾਂ ਬੁਰੇ ਤੁਹਾਡੀ ਆਪਣੀ ਹੋਈ ਇੰਨੀ ਮਤਲਬ ਉਹ ਲੱਗੇ ਹੋਏ ਹੈ ਲਾਈਨਾਂ ਲੱਗੀਆਂ ਹੋਈ ਬੁਰੇ ਹਾਲ ਹੈ ਸਭ ਕੁਛ ਹੈ ਵੀ ਇੱਕ ਟੀਕੇ ਵਿੱਚ ਟੀਕਾ ਲਵਾਉਣ ਦੇ ਬਾਅਦ ਤੁਹਾਨੂੰ ਗਰੰਟੀ ਲੈਂਦੇ ਹੋ ਵੀ ਹਾਂ ਤੁਹਾਨੂੰ ਕੁਛ ਨਹੀਂ ਹੋਊਗਾ ਜਾਂ ਤਾਂ ਗਰੰਟੀ ਲੈ ਲਓ ਫਿਰ ਤਾਂ ਲਵਾ ਲੈਂਦੇ ਆਪਾਂ ਠੀਕ ਹੈ ਜੀ। ਕੁਛ ਨਹੀਂ ਹੈ ਐਸੀ ਗੱਲਾਂ ਇਹ ਗੱਲਾਂ ਹੀ ਹੈ ਠੀਕ ਹੈ ਜੀ। ਇਹ ਵੀ ਕਰੋਨਾ ਵੀ ਜ਼ਿਆਦਾ ਚਲਾਇਆ ਜੀ ਇਹਨਾਂ ਨੇ ਤੁਹਾਨੂੰ ਪਤਾ ਵੀ ਮੇਨ ਆਪਣਾ ਕਿਸਾਨਾਂ ਕਰਕੇ ਚੱਲਿਆ ਠੀਕ ਹੈ। ਜਿੱਦਣ ਕਿਸਾਨ ਆਪਣੇ ਸਾਰੇ ਘਰ ਬੈਠੇ ਹੁੰਦੇ ਅੱਜ ਤੱਕ ਕਰੋਨਾ ਵੀ ਨਾ ਹੁੰਦਾ ਤਾਂ ਹੀ ਕਹਿੰਦੇ ਆਪਣਾ ਜਾਗੋ। ਹੋਰ ਜਿਹੜੇ ਆਪਣੇ ਯੂਟਿਊਬ 'ਤੇ ਜੀ ਵੀਡੀਓ ਪਾਉਂਦੇ ਹੈ
ਉਹ ਚੀਜ਼ਾਂ ਨਾ ਕਰੋ ਠੀਕ ਹੈ। ਹਾਂ ਜਿਹਨੇ ਲਵਾ ਲਿਆ ਠੀਕ ਹੈ, ਵਧੀਆ ਗੱਲ ਹੈ, ਲਵਾ ਲਿਆ ਚਲੋ ਅੱਛੀ ਗੱਲ ਹੈ। ਤੁਸੀਂ ਯੂਟਿਊਬ ਪਰ ਪਾ ਕੇ ਕੀ ਦੱਸਣਾ ਚਾਹੁੰਦੇ ਵੀ ਹਾਂ ਟੀਕਾ ਲਵਾ ਲਿਆ ਤਾਂ ਅਸੀਂ, ਮਤਲਬ ਕਿਸਾਨ ਆਪਣੇ ਭਰਾ ਜਿਹੜੇ ਲੱਗੇ ਹੋਏ ਆ ਦਿਨ ਰਾਤ ਮਿਹਨਤ ਲੱਗੇ ਹੋਏ, ਉਹ ਪਾਗਲ ਥੋੜ੍ਹੀ ਹੈ ਠੀਕ ਹੈ ਜੀ। ਤੁਸੀਂ ਆਪਣਾ ਟੀਕਾ ਲਵਾ ਲਿਆ, ਤੁਹਾਨੂੰ ਵਿਊ ਦੇਣ ਦੀ ਕਿਸੇ ਦਾ ਕੋਈ ਮਤਲਬ ਨਹੀਂ ਹੈ ਠੀਕ ਹੈ ਜੀ। ਤੁਸੀਂ ਆਪਣੀ ਜ਼ਿੰਦਗੀ ਦੇ ਮਾਲਕ ਹੋ, ਤੁਸੀਂ ਲਵਾ ਲਿਆ ਠੀਕ ਹੈ, ਪਰ ਲੋਕਾਂ ਨਾਲ ਤੁਸੀਂ ਇਹ ਚੀਜ਼ਾਂ ਦੱਸ ਰਹੇ ਹੋ ਵੀ ਜਿਹੜੇ ਲੋਕ ਸੋਚਦੇ ਹੋ ਵੀ ਟੀਕਾ ਨਾ ਲਵਾਓ, ਇਹ ਹੋ ਜੂਗਾ ਫਲਾਣਾ ਜੂਗਾ ਜੀ, ਆਪਣੇ ਤੱਕ ਰੱਖੋ ਗਿਆਨ ਠੀਕ ਹੈ ਜੀ। ਯੂਟਿਊਬ ਪਰ ਜਾ ਗਿਆਨ ਨਾ ਵੰਡੋ, ਵਧੀਆ ਠੀਕ ਹੈ। ਅਗਰ ਵੰਡਣਾ ਹੈ ਨਾ ਤਾਂ ਤੁਸੀਂ ਵੀ ਕਿਤੇ ਨਾ ਕਿਤੇ ਪਿੱਛੇ ਕਿਸਾਨਾਂ ਦੀ ਮੁੱਤ ਹੋਣੇ ਠੀਕ ਹੈ ਨਾ, ਉਹਨਾਂ ਨੂੰ ਸਪੋਰਟ ਕਰੋ। ਆਪਣੀ ਗੱਲ ਕਹੀ ਨਾ ਮਤਲਬ ਆਈ ਤੀ ਜੀ, ਅਗਰ ਕਿਸੇ ਨੂੰ ਬੁਰੀ ਲੱਗੀ ਗੱਲ ਕੋਈ ਤਾਂ ਭਾਈ ਕੋਈ ਨਹੀਂ, ਪਰ ਸੋਚੋ ਠੀਕ ਹੈ ਆਪਾਂ ਆਪਣਾ ਕਿਸ ਮੋੜ ਪਾਏ ਆਪਾਂ, ਔਰ ਆਪਾਂ ਨੂੰ ਕਿਸ ਮੋੜ ਪਰ ਜਾਣਾ ਚਾਹੀਦਾ ਹੈ। ਇਸ ਕਰਕੇ ਕੋਈ ਫਾਇਦਾ ਨਹੀਂ ਹੈ, ਕਿਸਾਨਾਂ ਦੇ ਨਾਲ ਖੜੋ ਨਾ ਕਿ ਸਰਕਾਰਾਂ ਦੀ ਗੱਲਾਂ 'ਚ ਆਓ ਠੀਕ ਹੈ ਜੀ। ਹੋਰ ਤੁਹਾਡਾ ਰੂਬਲ ਜੱਟ ਦੇ ਵਿੱਚ ਥੋੜ੍ਹਾ ਸਵਾਗਤ ਹੈ, ਔਰ ਆਪਾਂ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹਾਂ, ਹੋਰ ਹਮੇਸ਼ਾ ਖੜਾਂਗੇ ਠੀਕ ਹੈ ਜੀ। ਚਾਹੇ ਕੁਛ ਵੀ ਹੋ ਜਾਏ ਆਪਾਂ ਨਾ ਟੀਕਾ ਲਵਾਉਣਾ, ਨਾ ਆਪਾਂ ਇਸ ਚੀਜ਼ ਦੇ ਹੱਕ 'ਚ ਹੈਗੇ ਹਾਂ ਠੀਕ ਹੈ ਜੀ। ਜਿੱਥੇ ਸਾਡੇ ਕਿਸਾਨ ਭਰਾ ਹੈਗੇ ਹੈ ਅਸੀਂ ਉਹਨਾਂ ਦੇ ਨਾਲ ਹੀ ਹੈ ਠੀਕ ਹੈ ਜੀ। ਓਕੇ ਬਾਏ।